ਸਤਿ ਸ਼੍ਰੀ ਅਕਾਲ ਜੀ, ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ। ਖਬਰ ਨਾ ਅੰਤ ਤੱਕ ਜ਼ਰੂਰ ਬਣੇ ਰਹਿਣ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਇੱਕ ਵਾਰ ਫਿਰ ਪੰਜਾਬ 'ਚ ਰੈੱਡ ਅਲਰਟ, 2 ਦਿਨ ਕੜਾਕੇ ਦੀ ਠੰਡ ਪੈਣ ਦੀ ਚੇਤਾਵਨੀ ਜਾਰੀ। ਪੰਜਾਬ 'ਚ ਅਗਲੇ 2 ਦਿਨ 'ਚ ਕੜਾਕੇ ਦੀ ਠੰਡ ਪੈਣ ਦੀ ਚੇਤਾਵਨੀ ਜਾਰੀ ਕਰਦੇ ਹੋਏ ਮੌਸਮ ਵਿਭਾਗ ਨੇ ਫਿਰ ਤੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਪਿਛਲੇ 2 ਤੋਂ 3 ਦਿਨ ਤੱਕ ਦੁਪਹਿਰ ਦੀ ਧੁੱਪ ਨਿਕਲਣ ਕਾਰਨ ਰਾਹਤ ਮਿਲਣੀ ਸ਼ੁਰੂ ਹੋ ਗਈ ਸੀ, ਪਰ ਕੱਲ੍ਹ ਪੂਰਾ ਦਿਨ ਧੁੱਪ ਨਾਲ ਨਿਕਲਣ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਠੰਡ ਦਾ ਕਹਿਰ ਜਾਰੀ ਰਿਹਾ। ਅਗਲੀ ਖਬਰ, ਪੰਜਾਬੀ ਨੂੰ ਜਾਲੀ ਵੀਜ਼ਾ ਦੇਣ ਵਾਲਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ। ਦੁਬਈ ਦੇ ਏਜੰਟਾਂ ਨੇ ਦਿੱਤੀ ਸਨ ਜਾਲੀ ਵੀਜ਼ਾ ਸਟਿੱਕਰ। ਦਿੱਲੀ ਪੁਲਿਸ ਨੇ ਜਾਲੀ ਪਾਸਪੋਰਟ ਵੀਜ਼ਾ ਘੁਟਾਲੇ ਦਾ ਪਰਦਾਫਾਸ਼ ਕਰਨ ਦੇ ਮਾਮਲੇ 'ਚ ਬੈਂਗਲੁਰੂ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਸਾਲਦੀਕੁਰ ਬੇਗ ਨੂੰ ਵੀਰਵਾਰ ਨੂੰ ਦੁਬਈ ਤੋਂ ਆਉਣ 'ਤੇ ਬੈਂਗਲੁਰੂ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ ਹੈ। ਅਗਲੀ ਖਬਰ, 22 ਜਨਵਰੀ ਨੂੰ ਲੈ ਕੇ CM ਅਰਵਿੰਦਰ ਕੇਜਰੀਵਾਲ ਨੇ ਜਾਰੀ ਕੀਤੇ ਇਹ ਹੁਕਮ। 22 ਜਨਵਰੀ ਨੂੰ ਲੈ ਕੇ ਦਿੱਲੀ ਵਿੱਚ ਵੱਡੀ ਖਬਰ ਆ ਰਹੀ ਹੈ। ਇਸ ਦਿਨ ਅਯੋਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ, ਜਿਹੇ 'ਚ ਪੂਰਾ ਦੇਸ਼ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਹੈ। ਇਸ ਦਿਨ ਨੂੰ ਕਈ ਰਾਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਵੀ ਹੁਕਮ ਜਾਰੀ ਕਰ ਦਿੱਤੇ ਹਨ। ਦਿੱਲੀ 'ਚ 22 ਜਨਵਰੀ ਨੂੰ ਦੁਪਹਿਰ 2:30 ਵਜੇ ਤੱਕ ਸਰਕਾਰੀ ਦਫ਼ਤਰ ਬੰਦ ਰਹਿਣਗੇ। ਕੇਜਰੀਵਾਲ ਨੇ ਭੇਜੀ ਸੀ ਪ੍ਰਸਤਾਵ। ਦੱਸ ਦਈਏ ਕਿ ਕੇਂਦਰ ਸੰਸਥਾ ਪ੍ਰਦੇਸ਼ ਦਿੱਲੀ 'ਚ ਉਪ ਰਾਜਪਾਲ ਵਿਖੇ ਸੰਸਕੈਟ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 22 ਜਨਵਰੀ ਨੂੰ ਸੂਬੇ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ। ਉਹਨਾਂ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਦੇ ਸਥਾਪਨਾ ਦੇ ਮੌਕੇ 'ਤੇ 22 ਜਨਵਰੀ ਨੂੰ ਦਿੱਲੀ ਸਰਕਾਰ ਨੇ ਸਾਰੇ ਦਫ਼ਤਰ ਅਤੇ ਸਕੂਲਾਂ ਅਤੇ ਉਪਕਤ ਅਤੇ ਬੋਰਡ ਆਦਿ ਅਤੇ ਅੱਧੇ ਦਿਨ ਦੀ ਬੰਦ ਰਹਿਣਗੇ। ਜਾਣਕਾਰੀ ਮੁਤਾਬਿਕ ਸੂਬੇ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਪ੍ਰਸਤਾਵ ਉਪ ਰਾਜਪਾਲ ਨੂੰ ਭੇਜਿਆ ਹੈ। ਅਗਲੀ ਖਬਰ, ਦੇਸ਼ 'ਚ ਤੀਜੀ ਵਾਰ ਵੱਧ ਰਹੇ ਕਰੋਨਾ ਦੇ ਮਾਮਲੇ ਕਾਰਨ ਪਿਛਲੇ 24 ਘੰਟਿਆਂ 'ਚ 3 ਲੋਕਾਂ ਦੀ ਮੌਤ। ਭਾਰਤ ਵਿੱਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 113 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਸਰਗਰਮ ਮਾਮਲਿਆਂ ਵਿੱਚ ਕਮੀ ਆ ਗਈ ਹੈ, ਜੋ ਘੱਟ ਕੇ 2,141 ਹੋ ਗਏ ਹਨ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 2,331 ਸੀ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕਰਨਾਟਕ ਵਿੱਚ 2 ਤੋਂ ਮਹਾਰਾਸ਼ਟਰ ਵਿੱਚ 1 ਵਿਅਕਤੀ ਦੀ ਲਾਸ਼ ਲਾਗ ਕਾਰਨ ਮੌਤ ਹੋ ਗਈ। ਅਗਲੀ ਖਬਰ, ਨਸ਼ਾ ਛਡਾਊ ਵਾਲੀਆਂ ਗੋਲੀਆਂ ਨੇ ਗੁਲਾਮ ਬਣਾਏ ਮਰੀਜ਼। ਸੈਂਟਰਾਂ 'ਚ ਨਸ਼ਾ ਛਡਾਉਣ ਲਈ ਦਵਾਈਆਂ ਖਾਣ ਵਾਲੇ ਮਰੀਜ਼ ਸਰਕਾਰੀ ਗੋਲੀ ਦੇ ਗੁਲਾਮ ਹੋ ਕੇ ਰਹਿ ਗਏ ਹਨ। ਕੜਾਕੇ ਦੀ ਠੰਡ ਨੇ ਨਸ਼ਿਆਂ ਨਾਲ ਭੰਨੇ ਮਰੀਜ਼ ਸਰਕਾਰ ਓਟ ਸੈਂਟਰਾਂ ਵਿਖੇ
ਕਰਤਾਰਾਂ 'ਚ ਲੱਗ ਕੇ ਗੋਲੀ ਹਾਸਿਲ ਕਰ ਰਹੇ ਹਨ। ਸੂਬਾ ਸਰਕਾਰ ਵੱਲੋਂ ਸੂਬੇ 'ਚ ਨਸ਼ਾ ਖਤਮ ਕਰਨ ਦੀ ਮਨਸ਼ਾ ਨਾਲ ਹਰ ਜ਼ਿਲ੍ਹੇ 'ਚ ਓਟ ਸੈਂਟਰ ਖੋਲ੍ਹੇ ਗਏ ਹਨ ਅਤੇ ਇੱਥੇ ਜ਼ਿਲ੍ਹੇ ਵਿੱਚ ਕਰੀਬ 13 ਓਟ ਸੈਂਟਰਾਂ ਵਿੱਚ ਕਰੀਬ 5000 ਅਜਿਹੇ ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜੋ ਨਸ਼ੇ ਦੀ ਦਲਦਲ ਵਿੱਚ ਬਾਹਰ ਨਿਕਲਣ ਲਈ ਗੋਲੀ ਦਾ ਸੇਵਨ ਕਰਨ ਲੱਗੇ ਹਨ, ਪਰ ਉਹ ਇਸ ਦਵਾਈ ਦੇ ਇੰਨੇ ਗੁਲਾਮ ਹੋ ਚੁੱਕੇ ਹਨ ਕਿ 3-3 ਸਾਲ ਤੋਂ ਦਵਾਈ ਦਾ ਖੈੜਾ ਨਹੀਂ ਛੁੱਟਿਆ। ਦਿਹਾੜੀਦਾਰ ਦਾ ਆਖਣਾ ਹੈ ਕਿ ਉਹ ਆਪਣੀ ਦਿਹਾੜੀ ਮਾਰ ਕੇ ਕਈ ਘੰਟੇ ਲਾਈਨ 'ਚ ਲੱਗੇ ਕਿ ਸਿਰਫ ਇੱਕ ਦਿਨ ਦੀ ਦਵਾਈ ਪ੍ਰਾਪਤ ਕਰਦੇ ਹਨ। ਉਹਨਾਂ ਇਹ ਹਫ਼ਤੇ ਦੀ ਇਕੱਠਤਾ ਦਵਾਈ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੂੰ ਰੋਜ਼ਾਨਾ ਦੀ ਮਜ਼ਦੂਰੀ ਨਹੀਂ ਮਰੇਗੀ। ਮਾਨਸਿਕ ਰੋਗਾਂ ਦੇ ਮਾਹਿਰ ਅਤੇ ਮੈਡੀਕਲ ਅਫਸਰ ਓਟ ਕੇਂਦਰ ਡਾਕਟਰ ਸਿੱਪੀ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਹਾਲਾਤ ਮੁਤਾਬਿਕ ਦਵਾਈ ਦਿੱਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਹਫ਼ਤੇ ਦੀ ਦਵਾਈ ਵੀ ਦਿੱਤੀ ਜਾਂਦੀ ਹੈ। ਅਗਲੀ ਖਬਰ, ਠੰਡ ਦੀ ਲਪੇਟ 'ਚ ਪੰਜਾਬ ਸਣੇ ਉੱਤਰੀ ਭਾਰਤ, ਜਾਣੋ ਕਦੋਂ ਮਿਲੇਗੀ ਰਾਹਤ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਧੁੰਦ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੈਕਸ ਕੁਝ ਥਾਵਾਂ ਤਾਂ ਧੁੰਦ ਤੋਂ ਰਾਹਤ ਮਿਲ ਰਹੀ ਹੈ। ਵਿਜੀਬਿਲਟੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਵਿਜੀਬਿਲਟੀ 600 ਮੀਟਰ ਹੈ ਜੋ ਬੀਤੇ ਦਿਨ ਸਿਰਫ 25 ਮੀਟਰ ਸੀ। ਹਾਲਾਂਕਿ ਇਸ ਤੋਂ ਇਲਾਵਾ ਪਟਿਆਲਾ ਅਤੇ ਅੰਬਾਲਾ ਵਿੱਚ ਵਿਜੀਬਿਲਟੀ ਕੁਝ ਸੁਧਾਰ ਹੋਇਆ ਹੈ ਜੋ ਕਿ 200 ਮੀਟਰ ਹੋ ਗਈ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਦੇ ਕੁਝ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਹੈ। ਅਗਲੀ ਖਬਰ, ਅਸਾਮ 'ਚ ਭਾਰਤ ਜੋੜੇ ਨੀਆਂ ਯਾਤਰਾ ਦੇ ਕਾਫਲੇ 'ਤੇ ਹਮਲਾ, ਜਾਣੋ ਕੀ ਹੈ ਪੂਰਾ ਮਾਮਲਾ। ਕਾਂਗਰਸ ਦੀ ਭਾਰਤ ਜੋੜੇ ਨੀਆਂ ਯਾਤਰੀ 7ਵੇਂ ਦਿਨ ਅਰੁਣਾਚਲਾ ਪ੍ਰਦੇਸ਼ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ ਯਾਤਰਾ ਅਸਾਮ ਵਿੱਚੋਂ ਲੰਘੀ ਜਿੱਥੇ ਯਾਤਰਾ ਦੇ ਕਾਫਲੇ ਅਤੇ ਹਮਲਾ ਕੀਤਾ ਗਿਆ। ਆਗਸਰ ਨੇ ਹਮਲੇ ਦਾ ਦੋਸ਼ ਭਾਜਪਾ 'ਤੇ ਲਾਇਆ ਹੈ। ਦੱਸ ਦਈਏ ਕਿ ਪਾਰਟੀ ਦੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਭਾਜਪਾ ਦੇ ਗੁੰਡਿਆਂ ਨੇ ਪੋਸਟਰ ਅਤੇ ਬੈਨਰ ਪਾੜ ਦਿੱਤੇ ਹਨ, ਵਾਹਨਾਂ ਦੀ ਭੰਨਤੋੜ ਕੀਤੀ ਹੈ। ਉਹ ਯਾਤਰੀਆਂ ਨੂੰ ਮਿਲ ਰਹੇ ਸਥਾਨਕ ਤੋਂ ਘਬਰਾ ਹੋਏ ਹਨ। ਇਸ ਇੱਕ ਦਿਨ ਪਹਿਲਾਂ ਹੀ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਕਿਹਾ ਸੀ ਕਿ ਕਾਂਗਰਸ ਦੀਆਂ ਨੀਆਂ ਯਾਤਰਾ ਨੂੰ ਸੁਰੱਖਿਆ ਨਹੀਂ ਦਿੱਤੀ ਜਾਵੇਗੀ, ਨਾ ਹੀ ਸ਼ਹਿਰ ਤੋਂ ਬਾਹਰ ਜਾਣ ਦਿੱਤਾ ਜਾਵੇਗਾ। ਅਗਲੀ ਖਬਰ, ਸਟਾਕ ਮਾਰਕੀਟ ਵਿੱਚ ਇਹ 3 ਸਟਾਕ ਦੇਣਗੇ ਥੋੜ੍ਹੇ ਸਮੇਂ ਵਿੱਚ ਵਧੀਆ ਰਿਟਰਨ। ਨਿਫਟੀ 19 ਜਨਵਰੀ ਨੂੰ ਦੇ ਸਕਾਰਾਤਮਕ ਨੋਟ ਦੇ ਬੰਦ ਹੋਣ ਅਤੇ EMA ਦੇ ਵਰਗੇ ਕੁਝ ਉਮਕਾਰ ਪਟੀਸ਼ਨ। ਅਗਲੀ ਖਬਰ, ਸਕਿੰਟਾ 'ਚ ਢੇਰੀ ਹੋ ਗਿਆ 5 ਮੰਜ਼ਲੀ ਹੋਟਲ, ਸੜਕ 'ਤੇ ਵੀ ਆਇਆ ਤਰੇੜਾਂ ਅਤੇ ਘਟਨਾ ਸਮੇਂ ਇਮਾਰਤ ਵਿੱਚ ਨਹੀਂ ਸੀ ਕੋਈ ਮੌਜੂਦ। ਹਿਮਾਚਲ ਦੇ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ 5 ਮੰਜ਼ਿਲੀ ਹੋਟਲ ਢਹਿ ਗਿਆ ਹੈ। ਘਟਨਾ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਵਾਪਰੀ। ਹੋਟਲਸ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਦੇ ਸਮੇਂ ਹੋਟਲ ਵਿੱਚ ਕੋਈ ਵੀ ਮੌਜੂਦ ਨਹੀਂ ਸਨ।
ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ। ਨੁਕਸਾਨ ਦਾ ਮੁਕਲਨ ਲਿਆ ਗਿਆ ਅਤੇ ਇਹ ਘਟਨਾ ਸ਼ਿਮਲਾ ਤੋਂ ਕਰੀਬ 20 ਕਿਲੋਮੀਟਰ ਦੀ ਦੂਰ ਧਾਮੀ 'ਚ ਵਾਪਰੀ ਇਮਾਰਤ ਵਿੱਚ ਲਾ ਯੂਨੀਵਰਸਿਟੀ ਕੰਡਾਲ ਦੇ ਵਿਦਿਆਰਥੀ ਰਹਿੰਦੇ ਸਨ। ਇੱਕ ਹਫ਼ਤੇ ਪਹਿਲਾਂ ਇਮਾਰਤ ਵਿੱਚ ਤਰੇੜਾਂ ਆ ਗਈਆਂ ਸਨ। ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅਗਲੀ ਖਬਰ, ਸ਼੍ਰੀ ਚਮਕੌਰ ਸਾਹਿਬ ਵਿਖੇ 25 ਨੂੰ ਕਰਵਾਇਆ ਜਾਵੇਗਾ ਧੁਨੀਆਂ ਦਾ ਮੇਲਾ ਦੁਰਗਾ ਰੰਗੀਲਾ। ਸ਼੍ਰੀ ਚਮਕੌਰ ਸਾਹਿਬ 20 ਜਨਵਰੀ ਨੂੰ ਸਥਾਨਕ ਲਖਦਾਤਾ ਲਾਲਾ ਵਾਲੇ ਪੀਰ ਦੀ ਦਰਗਾਹ 'ਤੇ ਸਲਾਨਾ ਧੁਨੀਆਂ ਦਾ ਮੇਲਾ 25 ਜਨਵਰੀ ਨੂੰ ਸਵੇਰੇ 10 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਰਾਜ ਗਾਇਕ ਦਰਗਾਹ ਰੰਗੀਲਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਚਾਦਰ ਚੜ੍ਹਾਉਣ ਦੀ ਰਸਮ ਹੋਵੇਗੀ। ਉਸ ਤੋਂ ਬਾਅਦ ਦੇਰ ਸ਼ਾਮ ਤੱਕ ਉਹਨਾਂ ਸਮੇਤ ਕਈ ਪ੍ਰਸਿੱਧ ਗਾਇਕ ਆਪਣੇ ਫਨ ਦਾ ਮੁਨਜ਼ਾਰਾ ਕਰਨਗੇ। ਦੇਰ ਰਾਤ ਤੱਕ ਪ੍ਰਸਿੱਧ ਕਲਾਵ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ। ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਕਰਿਓ।